ਠੀਕ ਹਾਂ ਮੈਂ ਤੇਰੇ ਨਾਲ ਗੱਲਾਂ ਕਰਨ ਡਈ ਆ ਤੇ ਤੂੰ ਆਪਣੀ ਘਰਵਾਲੀ ਨਾਲ ਗੱਲਾਂ ਕਰਨ ਡਿਆ ਵਾ ਹੈ ਆਹੋ ਸੋਹਣੀ ਲੱਗਦੀ ਭਰਾਵਾ ਤੇਰੀ ਘਰਵਾਲੀ ਸੂਟ ਸੋਹਣਾ ਪਾਇਆ ਤੇ ਬੜੀ ਸੋਹਣੀ ਲੱਗਦੀ ਤੇ ਮਾਂ ਨੂੰ ਹੀ ਪੁੱਛ ਲਿਆ ਕਰਕੇ ਮਾਂ ਤੈਨੂੰ ਕੋਈ ਸੂਟ ਚਾਹੀਦਾ ਕੋਈ ਜੁੱਤੀ ਕੋਈ ਸੂਟ ਕੋਈ ਚੀਜ਼ ਚਾਹੀਦੀ ਆ ਹੈ ਦੋ ਦਿਨ ਸਾਲਾ ਹੋ ਗਿਆ ਅਹੀਂ ਚੁੰਨੀ ਪੁਰਾਣੀ ਜੀ ਲਈ ਜਾਨੀ ਉਹ ਵੀ ਸੋਹਣੀਆਂ ਲੱਗਦੀਆਂ ਇਹਨਾਂ ਅਹੀਂ ਵੀ ਬਥੇਰੇ ਜਵਾਨੀ ਦੇ ਵੇਲੇ ਸੋਹਣੇ ਹੁੰਦੇ ਸੀ ਹਾਂ ਹੁਣ ਤੇ ਚੱਲ ਹੁਣ ਬੁੱਢੇ ਹੋ ਗਏ ਆ ਤੇ ਤੁਹਾਡੀਆਂ ਘਰਵਾਲੀਆਂ ਤੇ ਲੇਪਾ ਪੋਚੀ ਲਾ ਕੇ ਤੇ ਸੋਹਣੀਆਂ ਲੱਗਦੀਆਂ ਅਸੀਂ ਉਦਾਂ ਹੀ ਸੋਹਣੀਆਂ ਲੱਗਦੀਆਂ ਹੁੰਦੀਆਂ ਸੀ ਕੁਛ ਨਹੀਂ ਕਿਹਾ ਕੁਛ ਨਹੀਂ ਜਾਓ ਜਾ ਕੇ ਕੰਮ ਕਰੋ ਹੋਰ ਵੀ ਇਹ ਸੋਹਣੇ ਇਲਾਵਾ ਹੋਰ ਵੀ ਕਈ ਕੰਮ ਹੁੰਦੇ ਫੇਰ ਬੰਦਾ ਜਿਆਦਾ ਸੋਹਣਾ ਕਰਦਾ ਸਾਰੇ ਕੰਮ ਪਾਏ ਕਰ ਲੈ ਹੂੰ ਕੰਮ ਵੀ ਅੱਜ ਕੱਲ ਸੌਖੇ ਹੀ ਆ ਕਰਨੇ ਮਸ਼ੀਨਾਂ ਆ ਗਈਆਂ ਤੇ ਕੱਪੜੇ ਧੋਣ ਵਾਲੀ ਮਸ਼ੀਨ ਆ ਭਾਂਡੇ ਧੋਣ ਵਾਲੀ ਮਸ਼ੀਨ ਆਹੀਂ ਤੇ ਅੰਦਰ ਹੱਥਾਂ ਨਾਲ ਹੀ ਧੋਣੇ ਹੁੰਦੇ ਸੀ ਕੱਪੜੇ ਹੈ ਬੰਬੀਆਂ ਤੇ ਜਾ ਜਾ ਗਏ ਸੌਖਾ ਕੰਮ ਆ ਤੇ ਅੱਜ ਕ ਹਮ ਨਾ ਉਹ ਬਾਕੀ ਉਮ ਜਿਹੜਾ ਕਰਨ ਢੀ ਤੱਲੇ ਅਸੀਂ ਤੇ ਬਹਿ ਬਹਿ ਕੇ ਪੋਚੇ ਲਾਉਂਦੇ ਰਹੇ ਕਿਤੇ ਸੌਖਾ ਹੀ ਆ ਸਾਰਾ ਕਸ਼ ਹਮ ਆਹ ਸੋਹਣੀਆਂ ਹੀ ਹੁੰਦੀਆਂ ਕੁੜੀਆਂ ਸੋਹਣੀ ਆ ਮੇਰੀ ਘਰਵਾਲੀ ਕੋਈ ਹਲੂ ਦਾ ਆ ਰ ਤੇਰੀ ਘਰਵਾਲੀ ਸੋਨਾ ਪੁੰਨ ਵੇਖਿਆ ਜਾਂਦਾ ਵਾ ਜੇ ਬੰਦਾ ਅੰਦਰੋਂ ਚੰਗਾ ਹੋਵੇ ਦਿਲ ਦਾ ਚੰਗਾ ਹੋਵੇ ਹੈ ਕੰਮ ਸਾਰਸਾ ਤਰਾ ਕਰਦਾ ਹੋਵੇ ਤੇ ਬੋਲਣ ਦੀ ਜਾਂਚ ਹੋਵੇ ਤੇ ਮੈਂ ਕਿਹੜਾ ਕਦੋਂ ਕਹਿਣ ਦੀ ਆ ਕਿ ਮਾੜੀ ਹੈ ਚੰਗੀ ਹੈ ਤੇਰੀ ਘਰ ਵਾਲੀ ਮੈਂ ਉਦਾਂ ਹੀ ਗੱਲ ਕਰਨ ਦੀ ਤੇਰੀ ਘਰ ਵਾਲੀ ਨੂੰ ਭਰਾਵਾ ਕਿਹਾ ਕੁਛ ਤੂੰ ਤਾਂ ਲੜਨ ਦੀ ਬਹਿ ਜਾਣਾ ਮੈਂ ਤੇ ਸਰਸਰੀ ਇੱਕ ਗੱਲ ਕੀਤੀ ਤੇਰੀ ਘਰ ਵਾਲੀ ਥੋੜਾ ਮੈਨੂੰ ਲਾ ਕੇ ਕਹਿਣ ਦੀ ਚੰਗੀ ਹੈ ਵੀ ਮੈਂ ਹੀ ਕਦੋਂ ਕਹਿੰਨੇ ਮਾੜੀ ਜਾਓ ਜਾਓ ਚਾਹ ਅੱਡੇ ਕੋਲ ਬੋਲਣ ਨਹੀਂ ਦਿੰਦੇ ਗੱਲ ਨਹੀਂ ਕਰਨ ਦਿੰਦੇ ਹੈ ਮੇਰਾ ਰੱਦ ਮੈਂ ਵੀ ਇੱਕ ਸੂਟ ਪਾਵਾਂ ਹਾਂ ਅੱਜ ਨਵਾਂ ਜਿਹਾ ਹੈ ਨਵਾਂ ਜਿਹਾ ਕੱਢ ਕੇ ਪਾਉਣੀ ਆ ਬੜੇ ਨੰਨੀਆਂ ਤਿਆਰ ਸ਼ਾਰਕ ਹੋ ਕੇ ਬਿਜਿਆਹੀਂ ਕਿਉਂ ਇਦਾਂ ਦੇ ਰੁਲੇ ਖੁਲੇ ਬਣਾ ਕੇ ਬਹਿ ਜੀਏ ਕਿਤੇ ਹੈ ਬਣ ਕੇ ਆਹੋ ਹੋਣੀ ਪੋਣਾ ਤੇ ਹੁਣ ਕਦੋਂ ਪੋਣਾ ਸਾਰੀ ਉਮਰ ਤੇ ਉਂਦਰਾ ਨੀ ਨਿਆਣਿਆਂ ਦਾ ਹੀ ਗੱਲ ਵਿੰਦੇ ਰ ਇਹਨਾਂ ਨੂੰ ਪਾਲਦੇ ਰ ਹੈ ਕਿ ਹੁਣ ਪਾਉਨੇ ਹੁਣ ਪਾਉਨੇ ਆ ਹੁਣ ਬੁੱਢੇ ਹੋ ਗਏ ਤੇ ਹਜੇ ਤੱਕ ਨਹੀਂ ਸੂਟ ਪਾਉਂਦੇ ਆਹ ਲਿਓ ਨਹੀਂ ਕੱਢ ਕੇ ਮੈਂ ਵੀ ਵੇਖੀ ਆ